ਮੈਂ ਉਹਨਾਂ ਦੇ ਹਰ ਹਿੰਦੂ ਵੀਰ ਨਾਲ ਮਜੀਠੀਆ ਕੋਲੋਂ ਪਹਿਲਾਂ, ਹਰ ਈਸਾਈ ਵੀਰ ਨਾਲ, ਹਰ ਪੰਜਾਬੀ ਨਾਲ, ਹਰ ਮੁਸਲਮਾਨ ਵੀਰ ਨਾਲ, ਹਰ ਸਿੱਖ ਵੀਰ ਨਾਲ ਜਿੱਥੇ ਤੱਕ ਆਊ ਅਸੀਂ ਲੜਾਂਗੇ ਜਾ। ਮਗਰ ਇਹ ਹਾਲਾਤ ਹੁਣ ਬਹੁਤ ਹੋ ਗਿਆ ਭਾਈ, ਰੋਜ਼ ਦਾ ਹੀ ਡਰਾਮਾ ਫੜਿਆ, ਜਿਹੜਾ ਉੱਠਦਾ ਕਦੇ ਕਿਸੇ ਨੂੰ ਮਾੜਾ ਬੋਲਣਾ ਸ਼ੁਰੂ ਕਰਦਾ, ਕਦੇ ਕਿਸੇ ਨੂੰ ਮਾੜਾ ਬੋਲਣਾ ਸ਼ੁਰੂ ਕਰਦਾ। ਇਹ ਅਸੀਂ ਨਹੀਂ, ਅਸੀਂ ਮੈਂ ਕਿਉਂਕਿ ਆਏ ਮੈਨੂੰ ਕੋਲ ਲੋਕ ਫੋਨ ਕਰਕੇ ਕਹਿੰਦੇ ਵੀ ਅਸੀਂ ਆਪਦੇ ਆਪ ਨੂੰ ਮਹਿਫੂਜ਼ ਨਹੀਂ ਸਮਝਦੇ। ਉਹਨਾਂ ਨੂੰ ਸਿਕਿਉਰਟੀ ਦੇਣਾ ਸਰਕਾਰਾਂ ਦਾ ਕੰਮ ਹੈ। ਜੇ ਸਰਕਾਰ ਭੱਜੂਗੀ ਫਿਰ ਜਿੰਨਾ ਸਾਡੇ 'ਚ ਦਮ ਹੈ ਭਾਵੇਂ ਸਾਡੇ ਗੋਲੀ ਮਾਰ ਦਿਓ, ਅਸੀਂ ਨਹੀਂ ਪਿੱਛੇ ਹਟਾਂਗੇ। ਆਪਣੇ ਪੰਜਾਬੀ ਵੀਰਾਂ ਨੂੰ ਸੈਂਸ ਆਫ ਸਿਕਿਉਰਟੀ, ਭਾਈਚਾਰਕ ਸਾਂਝ ਰਹੇ, ਇੱਥੇ ਤਰੱਕੀ ਆਵੇ, ਅਮਨ ਸ਼ਾਂਤੀ ਕਾਨੂੰਨ ਰਹੇ, ਉਹਦੇ ਲਈ ਹਰ ਵੱਡੀ ਤੋਂ ਵੱਡੀ ਕੁਰਬਾਨੀ ਦੇ ਦਿਆਂਗੇ। ਮਰ ਜਾਵਾਂਗੇ ਮਗਰ ਹਾਲਾਤ ਖਰਾਬ ਨਹੀਂ ਹੋਣਗੇ। ਬੰਦੀ ਸਿੰਘਾਂ ਦੀ ਰਿਹਾਈ ਔਰ ਖਾਸ ਤੌਰ 'ਤੇ ਭਾਈ ਬਲਵੰਤ ਸਿੰਘ ਰਾਜੋਆਣਾ ਸਾਹਿਬ ਜਿਨ੍ਹਾਂ ਦੀ ਰਿਹਾਈ ਨੂੰ ਲੈ ਕੇ ਜਿਸ ਦਿਨ ਦਾ ਮੈਂ ਬਾਹਰ ਆਇਆ, ਮੈਂ ਇਹ ਗੱਲ ਵਾਰ ਵਾਰ ਕਹੀ ਹੈ ਤੁਹਾਡੇ 'ਚ, ਔਰ ਮੇਰੀ ਰੋਜ਼ਮਰਾ ਦੀ ਅਰਦਾਸ ਹੈ ਔਰ ਮੇਰੀ ਰੂਹ ਮੈਨੂੰ ਰੋਜ਼ ਇਹ ਕਹਿੰਦੀ ਹੈ, ਔਰ ਉਹ ਆਵਾਜ਼ ਅੱਜ ਤੁਸੀਂ ਸੁਣੀ ਹੈ ਕਿ ਮਨ ਨੂੰ ਤਸੱਲੀ ਉੱਦਣ ਹੋਊ ਜਿੱਦਣ 27-27 ਸਾਲ, 28-28 ਸਾਲ ਜਿਨ੍ਹਾਂ ਦੇ ਨਾਲ ਤਸ਼ੱਦਤ, ਮਨੁੱਖੀ ਅਧਿਕਾਰਾਂ ਦਾ ਕਾਨ, ਕੋਈ ਕਾਨੂੰਨ ਨਹੀਂ ਦੇਸ਼ ਦਾ, ਕੋਈ ਵਰਲਡ ਦਾ ਕਾਨੂੰਨ ਨਹੀਂ ਕਿ ਤੁਸੀਂ 8x8 ਦੀ ਚੱਕੀ 'ਚ ਕਿਸੇ ਨੂੰ ਫਾਂਸੀ ਦੇ ਫੰਦੇ 'ਤੇ ਲਮਕਾ ਕੇ ਰੱਖੋ ਇੰਨੇ ਇੰਨੇ ਸਾਲ ਅਤੇ ਉਹਨੂੰ ਇਨਸਾਫ ਨਾ ਦਿਓ। ਜੇ ਡਿਫਾਲਟਰ ਬਾਬਿਆਂ ਦੀ ਝੂਠ, ਜਿਨ੍ਹਾਂ ਨੇ ਪੱਤਰਕਾਰ ਦਾ ਵੀ ਕਤਲ ਕੀਤਾ, ਜਿਨ੍ਹਾਂ ਨੇ ਧੀਆਂ ਭੈਣਾਂ ਦਾ ਰੇਪ ਕੀਤਾ, ਜੇ ਹਕੂਮਤਾਂ ਸਰਕਾਰਾਂ ਉਹਨਾਂ ਨੂੰ ਪਰੋਲ 'ਤੇ ਲਿਆ ਸਕਦੀ ਹੈ, ਵੀ ਬਾਰ ਬਾਰ ਲਿਆ ਸਕਦੀ ਹੈ, ਫਿਰ ਮਨ 'ਚ ਸਵਾਲ ਉੱਠਦਾ ਹੈ ਕਿ 27 ਸਾਲ 28 ਸਾਲ 8x8 ਦੀ ਚੱਕੀ 'ਚ ਰਹਿ ਨਾਲੇ ਉਹਨੂੰ ਕਿਉਂ ਨਹੀਂ ਪਰੋਲ ਮਿਲਦੀ। ਭਾਈ ਫੈਸਲਾ ਤੁਸੀਂ ਕਰਨਾ ਉਹਨਾਂ ਦੀ ਮੌਤ ਦਾ, ਤੁਸੀਂ ਤਾਂ ਸੁਣਾ ਵੀ ਦਿੱਤਾ ਸੀ 2019 'ਚ 550 ਸਾਲਾਂ 'ਚ ਪ੍ਰਧਾਨ ਮੰਤਰੀ ਸਾਹਿਬ ਨੇ ਆਪ, ਮੇਰੇ ਕੋਲ ਉਹ ਚਿੱਠੀ ਆ ਜਿਹਦੇ 'ਚ ਮੈਨੂੰ ਲੱਗਦਾ 8ਵੇਂ ਨੰਬਰ 'ਤੇ ਇਹ ਲਿਖਿਆ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਨੂੰ ਉਮਰ ਕੈਦ 'ਚ ਤਬਦੀਲ ਕੀਤਾ ਜਾਂਦਾ, ਉਸ ਨੂੰ ਨਾ ਲਾਗੂ ਕਰਨਾ। ਦੇਸ਼ ਦੇ ਪ੍ਰਧਾਨ ਮੰਤਰੀ ਦਾ ਜਿਨ੍ਹਾਂ ਨੇ ਅਸੈਸੀਨੇਸ਼ਨ ਕੀਤੀ ਉਹ ਰਿਹਾਅ ਹੋ ਗਏ, ਮਤਲਬ ਤਮਿਲਨਾਡੂ ਦੇ ਵਸਨੀਕਾਂ ਲਈ ਵੱਖਰਾ ਕਾਨੂੰਨ, ਗੁਜਰਾਤ 'ਚ ਇਹ ਤੋਂ ਸ਼ਰਮਸਾਰ ਗੱਲ ਕੀ ਹੋ ਸਕਦੀ ਹੈ ਕਿ ਇੱਕ ਧੀ ਭੈਣ ਦਾ ਰੇਪ ਹੋਵੇ, ਪਰਿਵਾਰ ਸਾਰਾ ਮਾਰਤਾ ਜਾਵੇ, ਉਹ 14 ਸਾਲ ਬਾਅਦ ਰਿਹਾਅ ਹੋ ਗਏ ਸਾਰੇ ਦੇ ਸਾਰੇ, ਮਤਲਬ ਗੁਜਰਾਤੀ ਭਾਈ ਲਈ ਵੀ ਵੱਖਰਾ ਕਾਨੂੰਨ ਅਤੇ ਜਦ ਪੰਜਾਬੀ ਦੀ ਗੱਲ ਆਉਂਦੀ ਉਹਦੇ ਲਈ ਕਾਨੂੰਨ ਵੱਖਰਾ, ਉਹਨੂੰ ਨਾ ਪਰੋਲ ਮਿਲੇ ਨਾ ਉਹਨੂੰ ਰਿਹਾਈ ਮਿਲੇ। ਕੀ ਕੋਈ ਪੋਲਰਾਈਜੇਸ਼ਨ ਦੀ ਕੋਸ਼ਿਸ਼ ਹੋ ਰਹੀ ਹੈ? ਔਰ ਸੂਬੇ ਦੀ ਸਰਕਾਰ ਐਨ ਮੌਨ ਵਰਾਤੇ ਬੈਠੀ ਆ, ਨੁਕਸਾਨ ਸਾਡਾ ਪੰਜਾਬ ਦਾ, ਨੁਕਸਾਨ ਸਾਡੇ ਲੋਕਾਂ ਦਾ ਹੋਣਾ, ਅਖੀਰ 'ਚ
ਜਿਨ ਖੂਨ ਪੰਜਾਬੀਆਂ ਦਾ ਡੁੱਲਣਾ ਇਹਦੇ ਉਂਗਲਾਂ ਦੇ ਜਿਹੜਾ ਇੱਥੇ ਹਾਲਾਤ ਖਰਾਬ ਕਰ ਰਿਹਾ। ਮੈਂ ਉਹਨਾਂ ਦੇ ਹਰ ਹਿੰਦੂ ਵੀਰ ਨਾਲ ਮਜੀਠੀਆ ਖਲੋਂ ਪਹਿਲਾਂ, ਹਰ ਈਸਾਈ ਵੀਰ ਨਾਲ, ਹਰ ਪੰਜਾਬੀ ਨਾਲ, ਹਰ ਮੁਸਲਮਾਨ ਵੀਰ ਨਾਲ, ਹਰ ਸਿੱਖ ਵੀਰ ਨਾਲ, ਜਿੱਥੇ ਧੱਕਾ ਹੋਊ ਅਸੀਂ ਲੜਾਂਗੇ ਜਾ। ਮਗਰ ਇਹ ਹਾਲਾਤ ਹੁਣ ਬਹੁਤ ਹੋ ਗਿਆ ਭਾਈ, ਰੋਜ਼ ਦਾ ਹੀ ਡਰਾਮਾ ਫੜਿਆ, ਜਿਹੜਾ ਉੱਠਦਾ ਕਦੇ ਕਿਸੇ ਨੂੰ ਮਾੜਾ ਬੋਲਣਾ ਸ਼ੁਰੂ ਕਰਦਾ, ਕਦੇ ਕਿਸੇ ਨੂੰ ਮਾੜਾ ਬੋਲਣਾ ਸ਼ੁਰੂ ਕਰਦਾ। ਇਹ ਅਸੀਂ ਨਹੀਂ, ਅਸੀਂ ਮੈਂ ਕਿਉਂਕਿ ਆਏ ਮੈਨੂੰ ਕੋਲ ਲੋਕ ਫੋਨ ਕਰਕੇ ਕਹਿੰਦੇ ਵੀ ਅਸੀਂ ਆਪਦੇ ਆਪ ਨੂੰ ਮਹਿਫੂਜ਼ ਨਹੀਂ ਸਮਝਦੇ। ਉਹਨਾਂ ਨੂੰ ਸਿਕਿਉਰਟੀ ਦੇਣਾ ਸਰਕਾਰਾਂ ਦਾ ਕੰਮ ਹੈ। ਜੇ ਸਰਕਾਰ ਭੱਜੂਗੀ ਫਿਰ ਜਿੰਨਾ ਸਾਡੇ 'ਚ ਦਮ ਹੈ ਭਾਵੇਂ ਸਾਡੇ ਗੋਲੀ ਮਾਰ ਦਿਓ, ਅਸੀਂ ਨਹੀਂ ਪਿੱਛੇ ਹਟਾਂਗੇ। ਆਪਣੇ ਪੰਜਾਬੀ ਵੀਰਾਂ ਨੂੰ ਸੈਂਸ ਆਫ ਸਿਕਿਉਰਟੀ, ਭਾਈਚਾਰਕ ਸਾਂਝ ਰਹੇ, ਇੱਥੇ ਤਰੱਕੀ ਆਵੇ, ਅਮਨ ਸ਼ਾਂਤੀ ਕਾਨੂੰਨ ਰਹੇ, ਉਹਦੇ ਲਈ ਹਰ ਵੱਡੀ ਤੋਂ ਵੱਡੀ ਕੁਰਬਾਨੀ ਦੇ ਦਿਆਂਗੇ। ਮਰ ਜਾਂਗੇ ਮਗਰ ਹਾਲਾਤ ਖਰਾਬ ਨਹੀਂ ਹੋਣਗੇ।